ABC ਬੁਲੇਟਿਨ ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਅੱਜ ਦੀਆਂ ਮੁਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ ਆਜ਼ਾਦੀ ਦਿਹਾੜੇ ਦੇ ਮੌਕੇ ਵੱਖ-ਵੱਖ ਥਾਵਾਂ ਤੇ ਸਮਾਗਮ ਹੋਏ ਇਨ੍ਹਾਂ ਸਰਕਾਰੀ ਸਮਾਗਮਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਤੋਂ ਲੈ ਕੇ ਵੱਖ-ਵੱਖ ਕੈਬਨਟ ਮੰਤਰੀਆਂ ਨੇ ਵੱਖਰੇ-ਵੱਖਰੇ ਥਾਵਾਂ ਤੇ ਰੱਖੇ ਗਏ ਪ੍ਰੋਗਰਾਮਾਂ 'ਚ ਸਮਾਗਮਾਂ 'ਚ ਹਿੱਸਾ ਲਿਆ ਪਟਿਆਲਾ ਦੀ ਗੱਲ ਕਰੀਏ ਤਾਂ ਰਾਜਪਤਰੀ ਸਮਾਗਮ ਦੇ ਵਿੱਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਪਹੁੰਚ ਕੇ ਤਿਰੰਗਾ ਫਹਿਰਾਇਆ ਔਰ ਉਹਨਾਂ ਨੇ ਉੱਥੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਹੋਏ ਵਾਅਦਿਆਂ ਦੀ ਗੱਲ ਕੀਤੀ ਔਰ ਅਗਲੇ 1 ਸਾਲ ਦੇ ਅੰਦਰ-ਅੰਦਰ 15 ਅਗਸਤ 2024 ਤੱਕ ਨਸ਼ਾ ਮੁਕਤ ਪੰਜਾਬ ਕਰਨ ਦੀ ਗੱਲ ਆਖ ਦਿੱਤੀ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਕੀ ਕੀ ਕਿਹਾ ਉਹ ਵੀ ਦੱਸ ਦਿਆਂ ਮੇਰੇ ਲਾਹੌਦਾ ਇੱਕ ਇੱਕ ਕਤਰਾ ਦੇਸ਼ ਭਗਤਾਂ ਤੇ ਸ਼ਹੀਦਾਂ ਦੇ ਸੁਪਨੇ ਸਕਾਰ ਕਰਨ ਪ੍ਰਤੀ ਸਮਰਪਿਤ ਰਹੇਗਾ ਮੁੱਖ ਮੰਤਰੀ ਨੇ ਦਾਵਾ ਕੀਤਾ ਪੰਜਾਬ ਨੂੰ ਦੇਸ਼ ਦਾ ਮੋਰੀ ਸੂਬਾ ਬਣਾਉਣ ਦਾ ਜਿਹੜਾ ਮਕਸਦ ਹੈ ਤਿਆਹੀਆ ਉਹ ਅਸੀਂ ਲੈ ਕੇ ਕਰਾਂਗੇ ਪੰਜਾਬੀਆਂ ਨੂੰ ਵਤਨ ਪ੍ਰਸਤੀ ਲਈ ਫਰਜ਼ੀ ਰਾਸ਼ਟਰਵਾਦੀਆਂ ਤੋਂ ਐਨਓਸੀ ਲੈਣ ਦੀ ਲੋੜ ਨਹੀਂ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਇਸ ਤੋਂ ਇਲਾਵਾ ਉਹਨਾਂ ਨੇ ਵੀ ਕਿਹਾ ਕਿ ਪੰਜਾਬੀਆਂ ਦੀ ਹਿੱਕ ਹਮੇਸ਼ਾ ਹੀ ਮੋਰੀ ਰਹੀ ਹੈ ਜਦੋਂ ਵੀ ਦੁਸ਼ਮਣ ਦੀ ਗੋਲੀ ਆਉਂਦੀ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਵਿੱਚੋਂ ਵੱਲੋਂ ਨਭਾਈ ਗਈ ਜਿਹੜੀ ਭੂਮਿਕਾ ਹੈ ਉਸ ਦੀ ਸੂਰਬੀਰਤਾ ਤੇ ਕੁਰਬਾਨੀ ਦੀਆਂ ਜਿਹੜੀਆਂ ਮਸਾਲਾਂ ਦਿੱਤੀਆਂ ਤੇ ਨਾਲ ਹੀ ਕਿਹਾ ਕਿ ਜਿਹੜੀ ਜ਼ੁਲਮ ਦੇ ਖਾਤਰ ਉਸਦੇ ਵਿੱਚ ਦੇਸ਼ ਭਗਤਾਂ ਦੇ ਨਾਮ ਲੈਂਦੇ ਹੋਏ ਉਹਨਾਂ ਨੇ ਕਿਹਾ ਬਾਬਾ ਰਾਮ ਸਿੰਘ, ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਲਾਲਾ ਲਾਜਪਤਰਾਏ, ਸ਼ਹੀਦ ਉਧਮ ਸਿੰਘ, ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇ ਪਾਣੀ ਤੇ ਹੋਰ ਸੂਰਬੀਰਾਂ ਨੇ ਆਜ਼ਾਦੀ ਦੇ ਦੇਸ਼ ਦੀ ਪ੍ਰਾਪਤੀ ਲਈ ਆਪਣੇ ਖੂਨ ਦੀ ਇੱਕ ਇੱਕ ਬੂੰਦ ਲੇਖੇ ਲਾ ਦਿੱਤੀ। ਪੰਜਾਬ ਦੀ ਗੱਲ ਕਰਦੇ ਹੋਏ ਉਹਨਾਂ ਨੇ ਇਹ ਵੀ ਆਖਿਆ ਕਿ ਜਿਹੜੀਆਂ ਇਹ ਕੁਰਬਾਨੀਆਂ ਨੇ, ਸ਼ਹਾਦਤਾਂ ਨੇ ਗੁਰੂਆਂ ਦੀ ਗੱਲ ਵੀ ਹੋਈ, ਛੋਟੇ ਸਹਿਬਜ਼ਾਦਿਆਂ ਦੀ ਗੱਲ ਵੀ ਹੋਈ। ਇਹਨਾਂ ਸਾਰੀਆਂ ਗੱਲਾਂ ਨੂੰ ਚੇਤੇ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸਾਡਾ ਮਹਾਨ ਵਿਰਾਸਤ ਹੈ ਉਸ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਪੰਜਾਬ ਸਰਕਾਰ ਦੇ ਕੰਮਾਂ ਨੂੰ ਗਿਣਾਉਂਦੇ ਹੋਇਆ ਉਹਨਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਵੀ ਗੱਲ ਕਹੀ ਔਰ ਬਿਜਲੀ ਦੇ ਬਿੱਲ ਕਿੰਨੇ ਘਰਾਂ ਦੇ ਜ਼ੀਰੋ ਆ ਰਹੇ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਜਿੱਥੋਂ ਤੱਕ ਰਹੀ ਗੱਲ ਨਸ਼ਿਆਂ ਦੇ ਮੁੱਦੇ ਦੀ ਚਿੱਟੇ ਨੂੰ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਜਿਹੜੇ ਗੱਲ ਹੈ ਉਸ ਦਾ ਵਾਅਦਾ ਕੀਤਾ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ ਗੱਲਾਂ ਪਟਿਆਲਾ ਦੀ ਉਸ ਤਕਰੀਰ ਦੇ ਵਿੱਚ ਸਟੇਟ ਤੋਂ ਕਹੀਆਂ ਜਿਸ ਤੇ ਔਰ ਜਿਸ ਜਿਸ ਥਾਂ ਦੇ ਉੱਤੇ ਉਹਨਾਂ ਨੇ ਤਰੰਗਾ ਫੈਰਾਇਆ ਸੀ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਪੋਰਟਲ ਆ ਜਿਹੜਾ ਉਹ ਲਾਂਚ ਕਰ ਦਿੱਤਾ ਗਿਆ ਹੈ ਇਸ ਤੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਆਨਲਾਈਨ ਰਜਿਸਟ੍ਰੇਸ਼ਨ ਦੇ ਪੋਰਟਲ ਦੀ ਸ਼ੁਰੂਆਤ ਹੋ ਚੁੱਕੀ ਹੈ ਜਾ ਵਣ ਖਿਡਾਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ www.khedavantanpunjabdiyan.com ਉੱਤੇ ਰਜਿਸਟ੍ਰੇਸ਼ਨ ਕਰ ਸਕਦੇ ਨੇ ਅਪਲਾਈ ਕਰ ਸਕਦੇ ਨੇ ਦੂਜੀ ਵਾਰ ਹੋਣ ਜਾ ਰਹੇ ਖੇਡ ਮੁਕਾਬਲਿਆਂ ਵਿੱਚ ਪੰਜ ਦੰਨੀਆਂ ਖੇਡਾਂ ਜਿਸ ਵਿੱਚ ਸਾਈਕਲਿੰਗ, ਘੋੜਸਵਾਰ, ਰਗਵੀ, ਵੋਸ਼ੂ ਤੇ ਵਾਲੀਬਾਲ ਸ਼ੂਟਿੰਗ ਵੀ ਸ਼ਾਮਲ ਹੈ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਇਹ ਲਾਂਚ ਕੀਤੀ ਹੈ ਰਜਿਸਟ੍ਰੇਸ਼ਨ ਜਿੱਥੇ ਵੈੱਬਸਾਈਟ ਤੇ ਤੁਸੀਂ ਕਰਨੀ ਹੈ ਉਸ ਦੇ ਬਾਰੇ ਫੇਰ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਆ www.khedavantpanjabdian.com ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਵੀ ਇਹ ਖੇਡ ਮੁਕਾਬਲੇ 29 ਅਗਸਤ ਤੋਂ ਸ਼ੁਰੂ ਹੋਣਗੇ ਜਿਸ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਇਸ ਪੋਰਟਲ ਉੱਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਨੇ ਔਰ ਇਸ ਦੇ ਵਿੱਚ ਪੰਜ ਨਵੀਆਂ ਖੇਡਾਂ ਵੀ ਜੋੜ ਦਿੱਤੀਆਂ ਗਈਆਂ ਨੇ ਖੇਡਾਂ ਦੇ ਕਲਚਰ ਨੂੰ ਪਰਫੁੱਲਤ ਕਰਨ ਦੇ ਲਈ ਸਰਕਾਰ ਦਾ ਇਹ ਨਿਮਾਣਾ ਜਿਹਾ ਯਤਨ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਨਾਲ ਹੀ ਸੂਬੇ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਇਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਅੱਗੇ ਵੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਮਕਬੂਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਕਿਉਂਕਿ ਖੇਡਾਂ ਸੂਬੇ ਦੀ ਤਰੱਕੀ ਅਤੇ ਇਥੋਂ ਦੇ ਲੋਕਾਂ ਦੀ ਖੁਸ਼ਹਾਲੀ ਦੋਨਾਂ ਦੇ ਵਿੱਚ ਅਹਿਮ ਰੋਲ ਨਿਭਾਉਣ ਦੀ ਹੈ ਪੁਲਿਸ ਮੈਕਮੇ ਦੇ ਵਿੱਚ ਆਪਣੀਆਂ ਸੇਵਾਵਾਂ ਦੇਣ ਨਾਲ ਉਸਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਔਰ ਉਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਖੋ ਦੋਨਾਂ ਅਫਸਰਾਂ ਨੂੰ ਵੀ ਸਨਮਾਨ ਦਿੱਤਾ ਹੈ 19 ਪੁਲਿਸ ਅਫਸਰਾਂ ਨੂੰ ਮਿਲਿਆ ਹੈ ਮੁੱਖ ਮੰਤਰੀ ਪੁਲਿਸ ਮੈਡਲ ਮੁੱਖ ਮੰਤਰੀ ਵੱਲੋਂ 13 ਹੋਗੀਆਂ ਸ਼ਖਸੀਅਤਾਂ ਦਾ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਆਜ਼ਾਦੀ ਦਿਹਾੜੇ ਮੌਕੇ ਉੱਤੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ 13 ਪ੍ਰਮੁੱਖ ਹਸਤੀਆਂ ਨੂੰ ਸਟੇਟ ਅਵਾਰਡ ਦੇਣ ਦੇ ਨਾਲ-ਨਾਲ 19 ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਉਹਨਾਂ ਨੂੰ ਮੁੱਖ ਮੰਤਰੀ ਪੁਲਿਸ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਅਵਾਰਡਾਂ ਵਾਲੀਆਂ ਦੇ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਸਮਾਜ ਸੇਵੀ, ਕਲਾਕਾਰ, ਸਾਹਿਤਕਾਰ, ਕਵੀ, ਅਗਾਂਵਧੂ, ਕਿਸਾਨ, ਵਾਤਾਵਰਣ ਪ੍ਰੇਮੀ ਤੇ ਸਰਕਾਰੀ ਅਧਿਕਾਰੀ ਸ਼ਾਮਲ ਨੇ ਜਿਨ੍ਹਾਂ ਬੜੇਰੇ ਜਨਤਾ ਖੇਤ ਵਿੱਚ ਆਪੋ ਆਪਣੇ ਖੇਤਰਾਂ ਵਿੱਚ ਲਾ-ਮਿਸਾਲ ਯੋਗਦਾਨ ਪਾਇਆ ਹੈ। ਮੁੱਖ ਮੰਤਰੀ ਰੂਪਨਗਰ ਦੀ ਸੰਵੀ ਸੂਦ ਪਟਿਆਲਾ ਦੇ ਹਰਜਿੰਦਰ ਸਿੰਘ ਖਮਾਣੋ ਦੇ ਐਸ ਡੀ ਐਮ ਸੰਜੀਵ ਕੁਮਾਰ ਸੁਖਦੇਵ ਸਿੰਘ ਤੇ ਫਤੇ ਸਿੰਘ ਪਟਵਾਰੀ ਦੋਵੇਂ ਪਠਾਨਕੋਟ ਤੋਂ ਨੇ ਪਟਿਆਲਾ ਦੀ ਏਕਮਜੁੱਤ ਕੌਰ ਤਰਨਤਾਰਨ ਦੇ ਮੇਜਰ ਸਿੰਘ ਬਠਿੰਡਾ ਦੇ ਪਰਮਜੀਤ ਸਿੰਘ ਜਲੰਧਰ ਦੇ ਸਲੀਮ ਮੁਹੰਮਦ ਪਟਿਆਲਾ ਦੀ ਸਾਇੰਸ ਮਿਸਟਰੈਸ ਗਗਨਦੀਪ ਕੌਰ ਬਰਨਾਲਾ ਦੇ ਸਾਇੰਸ ਮਾਸਟਰ ਸੁਖਪਾਲ ਸਿੰਘ ਸਿਵਲ ਮਿਲਟਰੀ ਅਫੇਅਰਸ ਹੈੱਡ ਕੁਆਟਰ ਵੈਸਟਰਨ ਕਮਾਂਡ ਦੇ ਐਡਵਾਈਜ਼ਰ ਕੰਪ੍ਰੈਨਸੀਪਲ ਡਾਇਰੈਕਟਰ ਕਰਨਲ ਜਸਦੀਪ ਸੰਧੂ ਤੇ ਐਨ ਡੀ ਆਰ ਐਫ ਬਠਿੰਡਾ ਦੀ 7ਵੀਂ ਬਟਾਲੀਅਨ ਦੇ ਕਮਾਂਡੈਂਟ ਸੰਤੋਸ਼ ਕੁਮਾਰ ਨੂੰ ਸਰਟੀਫਿਕੇਟ ਤੇ ਨਗਦ ਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੇ 19 ਪੁਲਿਸ ਅਧਿਕਾਰੀਆਂ ਨੂੰ ਵੀ ਜਿਹੜਾ ਸਨਮਾਨ ਦਿੱਤਾ ਜਿਸ ਦੇ ਵਿੱਚ ਏਜੀਟੀਐਫ ਦੇ ਏਆਈਜੀ ਸੰਦੀਪ ਗੋਇਲ, ਏਜੀਟੀਐਫ ਦੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ, ਇੰਸਪੈਕਟਰ ਕੁਸ਼ਵਿੰਦਰ ਸਿੰਘ, ਸਿਪਾਹੀ ਨਵਨੀਤ ਸਿੰਘ, ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ, ਏਆਈਜੀ, ਸੀਆਈਡੀ ਆਲਮ ਵਿਜੇ ਸਿੰਘ, ਐਸਪੀ ਇਨਵੈਸਟੀਗੇਸ਼ਨ ਤਰਨਤਾਰਨ ਵਿਸ਼ਾਲਜੀਤ ਸਿੰਘ ਡੀਐਸਪੀ ਐਸਟੀਐਫ ਲੁਧਿਆਣਾ ਦਵਿੰਦਰ ਕੁਮਾਰ ਡੀਐਸਪੀ ਸੰਜੀਵਨ ਗੁਰੂ ਡੀਐਸਪੀ ਫਲਾਈਂਗ ਸਕੁਆਇਰ ਵਿਜੀਲੈਂਸ ਬਿਊਰੋ ਬਰਿੰਦਰ ਸਿੰਘ ਡੀਐਸਪੀ ਸੁਭਾਸ਼ ਚੰਦਰ ਇਨਸਪੈਕਟਰ ਸ਼ਿਵ ਕੁਮਾਰ ਸਬ ਇਨਸਪੈਕਟਰ ਗੁਰਿੰਦਰ ਸਿੰਘ ਸਬ ਇਨਸਪੈਕਟਰ ਸੁਰੇਸ਼ ਕੁਮਾਰ ਇਸੇ ਦੇ ਨਾਲ ਇੱਕ ਹੋਰ ਸਬ ਇਨਸਪੈਕਟਰ ਅਕਾਸ਼ਦੀਪ ਸਿੰਘ ਤੇ ਏਐਸਆਈ ਇਕਬਾਲ ਸਿੰਘ ਏਐਸਆਈ ਹਰਵਿੰਦਰ ਸਿੰਘ ਏਐਸਆਈ ਦਿਨੇਸ਼ ਕੁਮਾਰ ਤੇ ਏਐਸਆਈ ਸੁਰਿੰਦਰਪਾਲ ਸਿੰਘ ਦੇ ਨਾਮ ਸ਼ਾਮਲ ਨੇ ਜਿਨ੍ਹਾਂ ਨੂੰ ਸਨਮਾਨ ਦਿੱਤਾ ਗਿਆ। ਅਗਲੀ ਖਬਰ ਜੁੜੀ ਹੈ ਇੱਕ ਹਮਲੇ ਦੇ ਨਾਲ ਜਿਸ ਤੇ ਵਿੱਚ ਇੱਕ ਕਾਂਗਰਸ ਦਾ ਸਰਪੰਚ ਦੱਸਿਆ ਜਾ ਰਿਹਾ ਜਿਸ ਦੇ ਉੱਤੇ ਹਮਲਾ ਕੀਤਾ ਗਿਆ। ਅਣਪਛਾਤੇ ਹਮਲਾਵਰਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਮੌਜੂਦਾ ਸਰਪੰਚ ਤੇ ਦਾ ਜਿਹੜਾ ਕਤਲ ਕਰ ਦਿੱਤਾ ਅੰਮ੍ਰਿਤਸਰ ਚ ਇਲਾਜ ਦੌਰਾਨ ਮੌਤ ਹੋਈ ਹੈ। ਮਾਮਲਾ ਗੁਰਦਾਸਪੁਰ ਦੇ ਪਿੰਡ ਸਦਰੰਗ ਦਾ ਹੈ ਜਿੱਥੇ ਸੋਮਵਾਰ ਦੇ ਰਾਤ ਅਣਪਛਾਤੇ ਹਮਲਾਵਰਾਂ ਨੇ ਮੌਜੂਦਾ ਕੰਗਸੀ ਸਰਪੰਚ ਤੇ 33 ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਮ੍ਰਿਤਕ ਸਰਪੰਚ ਦੀ ਪਛਾਣ ਬਲਜੀਤ ਸਿੰਘ ਜਿਨ੍ਹਾਂ ਦੀ ਉਮਰ 48 ਸਾਲ ਸੀ ਉਹ ਪਿੰਡ ਵਿੱਚ ਹੀ ਰਹਿੰਦਾ ਸੀ ਬਲਜੀਤ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ ਜਿੱਥੋਂ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਮੰਗਲਵਾਰ ਨੂੰ ਸਵੇਰੇ ਹੀ ਲਾਝ ਦਰਾਨ ਉਸ ਦੀ ਮੌਤ ਹੋ ਜਾਂਦੀ ਹੈ ਮ੍ਰਿਤਕ ਸਰਪੰਚ ਦੇ ਭਰਾ ਗੁਰਮੀਤ ਸਿੰਘ ਲੱਕੀ ਨੇ ਦੱਸਿਆ ਕਿ ਬਲਜੀਤ ਸਿੰਘ ਸੋਮਵਾਰ ਸ਼ਾਮ ਨੂੰ ਆਪਣਾ ਕੰਮ ਖਤਮ ਕਰਕੇ ਘਰ ਵੱਲ ਜਾ ਰਿਹਾ ਸੀ ਉਦੋਂ ਕੋ ਜਾਣ ਪਛਾਤੇ ਵਿਕਤੀਆਂ ਨੇ ਉਸ ਤੇ ਪਿੱਛੋਂ ਤੇ ਧਾਰ 11 ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜੇ ਦੁਹਰਾ ਕੀ ਨਾ ਨੇ ਪਰਿਵਾਰ ਨੂੰ ਸੂਚਨਾ ਦਿੱਤੀ ਤਾਂ ਬਲਜੀਤ ਨੂੰ ਤੁਰੰਤ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਗਰਦਾਸਪੁਰ ਪੁਲਿਸ ਦੇ ਸੀਨੀਅਰ ਅਧਿਕਾਰੀ ਤੇ ਸੀਆਈਏ ਟੀਮਾਂ ਜਾਂਚ ਲਈ ਮੌਕੇ ਤੇ ਪਹੁੰਚ ਜਾਂਦੀਆਂ ਨੇ ਸਭ ਤੋਂ ਪਹਿਲਾਂ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਦਿੱਤਾ ਗਿਆ ਸੀ ਪੁਲਿਸ ਨੇ ਥਾਣਾ ਰਾਗੜ ਨੰਗਲ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਹੈ ਕਤਲ ਦਾ ਕਾਰਨ ਕੀ ਹੈ ਇਹ ਤਾਂ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਪੁਲਿਸ ਦੇ ਇਲਾਕਿਆਂ ਦੀ ਸੀਸੀਟੀਵੀ ਜਿਹੜੀ ਫੁਟੇਜ ਹੈ ਉਸ ਨੂੰ ਖੰਗਾਲ ਰਹੀ ਹੈ ਜਾਂਚ ਪੜਤਾਲ ਕਰ ਰਹੀ ਹੈ ਕਿ ਇਸ ਦੀਆਂ ਪੈੜਾਂ ਕਿੱਥੋਂ ਤੱਕ ਜਾਂਦੀਆਂ ਨੇ ਕਾਤਲ ਕੌਣ ਸੀ ਪੰਜਾਬ ਦੇ ਇੱਕ ਵਾਰੀ ਫੇਰ ਹੜਾਂ ਵਰਗੇ ਹਾਲਾਤ ਬਣਨ ਜਾ ਰਹੇ ਨੇ ਇਸ ਤੋਂ ਪਹਿਲਾਂ 19 ਜ਼ਿਲ੍ਹਿਆਂ ਦੇ 1400 ਤੋਂ ਵੱਧ ਪਿੰਡ ਸੀ ਜਿਹੜੇ ਹੜ੍ਹ ਪ੍ਰਭਾਵਿਤ ਹੋਏ ਹੜਾਂ ਦੀ ਮਾਰ ਪਈ ਖੇਤਾਂ 'ਚ ਘਰਾਂ 'ਚ ਪਾਣੀ ਪਾਣੀ ਹੋ ਗਿਆ ਹੁਣ ਫੇਰ ਇੱਕ ਵਾਰੀ ਖਤਰੇ ਦੇ ਨਿਸ਼ਾਨ ਦੇ ਉੱਤੇ ਚੱਲ ਰਿਹਾ ਹੈ ਇਸ ਦੇ ਵਿੱਚ ਖਤਰਾ ਕਿੰਨਾ ਹੈ ਤੇ گاਉਂ ਪ੍ਰਬੰਧ ਕਿੰਨੇ ਨੇ ਇਹ ਤਾਂ ਜ਼ਮੀਨੀ ਪੱਧਰ ਤੇ ਲੋਕ ਖੁਦ ਵੀ ਜਾਣਦੇ ਨੇ ਪਰ ਹੁਣ ਇੱਕ ਵਾਰੀ ਫੇਰ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਰੋਪੜ ਦੇ ਵਿੱਚ ਜਿਹੜਾ ਹੜ ਆਉਣ ਦੀ ਸੰਭਾਵਨਾ ਫੇਰ ਬਣ ਗਈ ਹੈ ਪਾਖੜਾ ਡੈਮ ਦੇ ਫਲੱਡ ਗੇਟ ਖੋਲਣ ਦੇ ਨਾਲ ਹਾਲਾਤ ਵਿਗੜਦੇ ਦਿਖਾਈ ਦੇ ਰਹੇ ਨੇ ਪੌਂਗ ਦੇ ਪਾਣੀ ਤੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੰਨ ਵੀ ਟੁੱਟ ਚੁੱਕਾ ਹੈ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਤੋਂ ਖੜ ਵਰਗੇ ਹਾਲਾਤ ਬਣਨ ਦੇ ਸਾਰ ਨੇ ਤਸਵੀਰਾਂ ਜਿਹੜੀਆਂ ਨੇ ਉਹ ਬੇਲਾ ਧਿਆਨੀ ਪਿੰਡ ਦੀਆਂ ਨੇ ਨੰਦਾ ਖੇਤਰ ਦੇ ਕੋਲ ਪੈਂਦਾ ਨਜ਼ਦੀਕ ਭਲਾਰ ਨੇਰੀਆ ਦੇ ਘਰ ਦੇ ਵਿੱਚ ਪਾਣੀ ਦੀ ਜਪੇਟ ਦੇ ਵਿੱਚ ਆ ਗਏ ਨੇ ਰੋਪੜ ਦਾ ਕੁਝ ਇਲਾਕਾ ਫਿਰ ਡੁੱਬਣ ਲੱਗਿਆ ਇਸ ਤੋਂ ਪਹਿਲਾਂ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਇਲਾਕਾ ਵਿਆਸ ਦਰਿਆ ਦੇ ਕੋਲ ਬਣੇ ਜਿਹੜੇ ਪੌਂਗ ਡੈਮ ਦੇ ਫਲੱਡ ਗੇਟ ਖੋਲਣ ਦੇ ਨਾਲ ਦਰਿਆ ਦਾ ਜਿਹੜਾ ਪੱਧਰ ਹੈ ਉਹ ਹੋਰ ਜ਼ਿਆਦਾ ਵੱਧ ਗਿਆ ਜਿਸ ਦੇ ਕਾਰਨ ਹਿਾਰਪੁਰ ਜ਼ਿਲ੍ਹੇ ਦੇ ਜਕ ਮੀਰਪੁਰ ਦੇ ਕੋਲ ਜਿਹੜਾ ਤੁਸੀ ਬੰਨਾ ਹੈ ਉਹ ਟੁੱਟ ਗਿਆ ਇਸ ਦੀ ਵਜ੍ਹਾ ਦੇ ਕਰਕੇ ਆਸ-ਪਾਸ ਦੇ ਜਿੰਨੇ ਪਿੰਡ ਸੀ ਉਸ ਦੇ ਵਿੱਚ ਡੁੱਬਣ ਦਾ ਖਤਰਾ ਪੈਦਾ ਹੋ ਗਿਆ ਇਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਭਾਖੜਾ ਜਿਹੜਾ ਜਲ ਪੱਧਰ ਹੈ 1678 ਫੁੱਟ ਦੇ ਉੱਤੇ ਪਹੁੰਚ ਚੁੱਕਾ ਹੈ ਹਾਲਾਂਕਿ 2 ਫੁੱਟ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਚੱਲ ਰਿਹਾ ਹੈ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਫਿਰ ਜ਼ਿਆਦਾ ਮੀਂਹ ਤੇ ਬਾਰਿਸ਼ਾਂ ਹੋ ਰਹੀਆਂ ਨੇ ਜਿਸ ਦੇ ਕਰਕੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਲੋਕ ਇੱਕ ਵਾਰੀ ਫਿਰ ਮੁਸੀਬਤ ਵਿੱਚ ਫਸ ਸਕਦੇ ਨੇ ਐਨਡੀਆਰਐਫ ਦੀਆਂ ਟੀਮਾਂ ਨੂੰ ਮੋਰਚਾ ਫਿਰ ਸੰਭਾਲਣ ਲਈ ਦੇ ਦਿੱਤਾ ਗਿਆ ਹਾਲੇ ਪਹਿਲਾਂ ਹੀ ਹੜਾਂ ਦੀ ਮਾਰ ਦੇ ਵਿੱਚੋਂ ਕਿਸਾਨ ਤੇ ਆਮ ਲੋਕ ਪਿੰਡਾਂ ਦੇ ਸ਼ਹਿਰਾਂ ਦੇ ਨਹੀਂ ਸਾਨੂੰ ਬਰੇ ਤੇ ਹੁਣ ਇੱਕ ਵਾਰੀ ਫਿਰ ਖਤਰਾ ਮੜ ਰਹਾ ਦਾ ਦਿਖਾਈ ਦੇ ਰਿਹਾ ਦੇਖਦੇ ਹਾਂ ਕਿ ਇਸ ਦੇ ਹਾਲਾਤ ਨੂੰ ਕਾਬੂ ਕਿਵੇਂ ਪਾਇਆ ਜਾਂਦਾ ਰਗਾਉ ਪ੍ਰਬੰਧ ਕੀ ਕੀ ਕੀਤੇ ਜਾਂਦੇ ਨੇ ਹਾਲਾਂਕਿ ਪਹਿਲਾਂ ਹੀ ਖੇਤਾਂ ਦੀਆਂ ਗਰਦਾਵਰੀਆਂ ਨਹੀਂ ਹੋਈਆਂ ਜਿਸ ਦੇ ਕਰਕੇ ਕਈ ਥਾਵਾਂ ਦੇ ਉੱਤੇ ਲੋਕਾਂ ਨੂੰ ਮੁਆਵਜ਼ੇ ਦੀ ਰਾਸ਼ੀ ਵੀ ਨਹੀਂ ਪਹੁੰਚੀ ਕਈ ਘਰਾ ਦਾ ਨੁਕਸਾਨ ਹੋਇਆ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਸੀ ਲੋਕਾਂ ਨੂੰ ਕਿ ਕੱਲੇ-ਕੱਲੇ ਜਿਸ ਦਾ ਪਸ਼ੂ ਧਨ ਬਰਬਾਦ ਹੋਇਆ ਖਤਮ ਹੋਇਆ ਘਰਾਂ ਦੇ ਜੀ ਹੜ ਦੇ ਵਿੱਚ ਮਾਰੇ ਗਏ ਜਾਂ ਫਿਰ ਖੇਤਾਂ ਦਾ ਨੁਕਸਾਨ ਹੋਇਆ ਫਸਲ ਡੁੱਬੀ ਸਾਰੇ ਦਾ ਮੁਆਵਜ਼ਾ ਕੱਲੀ-ਕੱਲੀ ਪੰਜੀ-ਪੰਜੀ ਦਿੱਤੀ ਜਾਵੇਗੀ ਜੋ ਨਿਯਮਾਂ ਦੇ ਮੁਤਾਬਕ ਤੈਅ ਰਾਸ਼ੀ ਪਰ ਕਈ ਥਾਵਾਂ ਤੋਂ ਵਾਜਾਂ ਆਈਆਂ ਨੇ ਕਿ ਹਾਲੇ ਤੱਕ ਸਾਡੇ ਤੱਕ ਰਾਸ਼ੀ ਨਹੀਂ ਪੁੱਜੀ ਕਈ ਮਕਾਨਾਂ ਦੇ ਵਿੱਚ ਖਾਸ ਕਰਕੇ ਡੇਰਾਬਸੀ ਦੀ ਇੱਕ ਉਦਾਹਰਨ ਅਸੀਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਮਹਿਜ ਘਰ ਦੀ ਛੱਤ ਡਿੱਗਣ ਦੇ ਕਰਕੇ ਇੱਕ ਘਰ ਨੂੰ ਤਾਂ 1 ਰੁਪਿਆ ਵੀ ਨਹੀਂ ਮਿਲਿਆ ਸੀ ਤੇ ਇੱਕ ਘਰ ਨੂੰ 4000 ਰੁਪਏ ਦਾ ਚੈੱਕ ਦਿੱਤਾ ਗਿਆ ਇਸੇ ਤਰ੍ਹਾਂ ਹੋਰ ਕਈ ਸੈਂਕੜੇ ਜਿਹੇ ਘਰ ਨੇ ਇੱਥੇ ਮੁਆਵਜ਼ੇ ਦੀ ਰਾਸ਼ੀ ਨਾ ਮਾਤਰ ਮਿਲੀ ਹੈ ਲੋਕ ਉਮੀਦ ਦੇ ਵਿੱਚ ਆਸ ਦੇ ਵਿੱਚ ਬੈਠੇ ਨੇ ਪਰ ਹੁਣ ਮੁੜ ਤੋਂ ਜਿਹੜੀ ਸੰਭਾਵਨਾ ਵੰਡ ਰਹੀ ਹੈ ਇਸ ਦੇ ਨਾਲ ਕਿੰਨਾ ਖਤਰਾ ਪੈਦਾ ਹੁੰਦਾ ਇਸ ਖਤਰੇ ਤੋਂ ਬਚਾਉਣ ਲਈ ਸਰਕਾਰ ਕੀ ਕਰਦੀ ਹੈ ਪ੍ਰਸ਼ਾਸਨ ਕੀ ਕਰਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪੰਜਾਬ ਦੇ ਵਿੱਚ ਭਵਿੱਖ ਦੇ ਕਾਰੋਬਾਰੀ ਬਣਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹੋਰ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਉਦਮੀ ਬਣਾਉਣ ਦੇ ਲਈ ਸਰਕਾਰ ਸਹਾਇਕ ਦੇ ਰਹੀ ਹੈ ਇਸ ਦੇ ਲਈ ਕੀ ਕੀ ਕੀਤਾ ਗਿਆ ਹੈ ਔਰ ਸਟਾਰਟਅਪ ਚੈਲੰਜ ਪ੍ਰੋਗਰਾਮ ਦੇ ਦੂਜੇ ਐਡੀਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਵੱਲੋਂ ਫਿਊਚਰ ਟਾਈਕੂਨ 2 ਸਟਾਰਟਅਪ ਚੈਲੰਜ ਪ੍ਰੋਗਰਾਮ ਦੇ ਅਧੀਨ ਦੂਜੇ ਐਡੀਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਚੁਕ ਵਿਕਤੀ ਪੋਰਟਲ ਐਚਟੀਟੀਪੀਐਸ tinyurl.com ਤੇ ਜਾ ਕੇ ਲੌਗਇਨ ਕਰ ਸਕਦੇ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਵਿਦਿਆਰਥੀਆਂ ਦੀ ਉਦਮੀ ਭਾਵਨਾ ਨੂੰ ਭਾਵਨਾਵਾਂ ਨੂੰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਫਿਊਚਰ ਟਾਈਕੂਨ ਪਵਿੱਖ ਦੇ ਕਾਰੋਬਾਰੀ ਯਾਨੀ ਕਿ ਬਣਨ ਦੇ ਲਈ ਦੂਜੇ ਸਟਾਰਟਅਪ ਚੈਲੰਜ ਪ੍ਰੋਗਰਾਮ ਦੇ ਦੂਜੇ ਐਡੀਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਆਜ਼ਾਦੀ ਦਿਵਸ ਮੌਕੇ ਸੂਬਾ ਪਧਰੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਥੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਨਵੇਕਲੀ ਕਦਮ ਨੂੰ ਨਵੇਕਲੀ ਪਹਿਲ ਨੂੰ ਜਿਹੜਾ ਹੈ ਹੰਗਾਰਾ ਦੇਲ ਦੇ ਲਈ ਥਾਪੜਾ ਵੀ ਦਿੱਤਾ ਹੈ ਤੇ ਨਾਲ ਹੀ ਇਹ ਕਿਹਾ ਕਿ ਇਸ ਦੇ ਨਾਲ ਕਦਮ ਨਾਲ ਲੋਕਾਂ ਨੂੰ ਉਦਮੀ ਬਣਨ ਦੇ ਆਪਣੇ ਸੁਪਨੇ ਨੂੰ ਸਕਾਰ ਕਰਨ ਦਾ ਮੌਕਾ ਮਿਲੇਗਾ ਉਹਨਾਂ ਨੇ ਇਸ ਪ੍ਰੋਗਰਾਮ ਦੇ ਤਹਿਤ ਹੀ ਆਪਣਾ ਉਦਮ ਸ਼ੁਰੂ ਕਰਨ ਦੀ ਇੱਛਕ ਵਿਅਕਤੀ ਰਜਿਸਟ੍ਰੇਸ਼ਨ ਵਾਸਤੇ ਇੱਥੇ ਅਪਲਾਈ ਕਰ ਸਕਦੇ ਨੇ ਪੋਰਟਲ ਦੀ ਸ਼ੁਰੂਆਤ ਹੋਈ ਹੈ ਆਨਲਾਈਨ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਚਾਰ ਸ਼੍ਰੇਣੀਆਂ ਭਾ ਵਿਦਿਆਰਥੀ ਨੌਜਵਾਨ ਉਦਮੀ ਮਹਿਲਾ ਉਦਮੀ ਪੀ ਡਬਲਯੂ ਡੀ ਐਂਟਰਪ੍ਰੈਨਿਅਰਸ ਅਤੇ ਓਪਨ ਕੈਟਾਗਰੀ ਐਂਟਰਪ੍ਰੈਨਿਅਰਸ ਲਈ ਕੀਤੀ ਜਾ ਸਕਦੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਇਸ ਚੈਲੰਜ ਦੇ ਜੇਤੂ ਬਿਨਾਂਕਾਰਾਂ ਨੂੰ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਮਦਦ ਦੇਣ ਦੇ ਨਾਲ-ਨਾਲ ਸਹਿਯੋਗ ਦਿੱਤਾ ਜਾਵੇਗਾ ਹਰ ਵਰਗ ਦੇ ਜੇਤੂ ਨੂੰ 50000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਉਨ੍ਹਾਂ ਇਹ ਵੀ ਆਖਿਆ ਕਿ ਬਿਨਾਂਕਾਰ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਲਈ ਰੋਜ਼ਗਾਰ ਜਿਹੜਾ ਜ਼ਿਲ੍ਹਾ ਰੋਜ਼ਗਾਰ ਤੇ ਉਦਮ ਬਿਊਰੋ ਹੈ ਪਟਿਆਲਾ ਦੀ ਮਦਦ ਲੈ ਸਕਦੇ ਨੇ ਭਗਵੰਤ ਸਿੰਘ ਮਾਨ ਨੇ ਇਹ ਵੀ ਮੋਈ ਜਿਤਾਈ ਕੇ ਯੋਜਨਾ ਉੱਬਰ ਦੇ ਉਦਮੀਆਂ ਨੂੰ ਪਲੇਟਫਾਰਮ ਪ੍ਰਦਾਨ ਕਰਨ ਦੇ ਖੇਤੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਹਲਾਰਾ ਦੇਣ ਦੇ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ ਇੱਥੇ ਵੀ ਦੱਸਣਾ ਬਣਦਾ ਹੈ ਕਿ ਫਿਊਚਰ ਟਾਈਕੂਨ ਸਟਾਰਟਅਪ ਚੈਲੰਜ ਪ੍ਰੋਗਰਾਮ ਦਾ ਪਹਿਲਾ ਐਡੀਸ਼ਨ ਸਾਲ 2022 ਵਿੱਚ ਹੋਇਆ ਸੀ ਜਿਸ ਨੂੰ ਹੰਗਾਰਾ ਸਰਕਾਰ ਕਹਿ ਰਹੀ ਹੈ ਕਿ ਭਰਵਾ ਮਿਲਿਆ ਜਿਸ ਕਰਕੇ ਅਗਲੀ ਪੈਲ ਕੀਤੀ ਗਈ ਹੈ ਪਿਛਲੇ ਸਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਪ੍ਰੋਗਰਾਮ ਵਿੱਚ ਲਗਭਗ 418 ਲੋਕਾਂ ਨੇ ਹਿੱਸਾ ਲਿਆ ਤੇ ਕਾਰੋਬਾਰੀ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਸਨ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਚਾਰ ਸ਼੍ਰੇਣੀਆਂ ਵਿੱਚ ਚਾਰ ਜੇਤੂਆਂ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਰਾਜ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਰ ਜ਼ਰੂਰੀ ਵਿੱਤੀ ਸਹਾਇਤਾ ਵੀ ਦਿੱਤੀ ਗਈ ਸੀ ਤੇ ਇਸੇ ਤਰ੍ਹਾਂ ਉਸੇ ਲੜੀ ਦੇ ਤਹਿਤ ਇੱਕ ਵਾਰੀ ਫਿਰ ਇਸ ਚੈਲੰਜ ਪ੍ਰੋਗਰਾਮ ਐਡੀਸ਼ਨ ਦਾ ਆਗਾਜ਼ ਕਰ ਦਿੱਤਾ ਗਿਆ এবিসি ਬੁਲੇਟਿਨ ਦੀਆਂ ਖਬਰਾਂ ਦਾ ਸਿਲਸਿਲਾ ਇੱਥੇ ਖਤਮ ਹੁੰਦਾ ਤੇ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ